ਦੋਸਤੋ ਮੈਂ ਹਾਂ ਤੁਹਾਡਾ ਆਪਣਾ ਮਾਨਕੀ। ਸੋ ਆਪਾਂ ਪ੍ਰੋਮਿਸ ਕੀਤਾ ਸੀਗਾ ਕਿ ਤੂੰ ਵੀ ਸਟਾਰਟਿੰਗ ਕੀ ਕਰਨਾ, ਤੂੰ ਵੀ ਦੇ ਨਾਲ ਕਿੱਦਾਂ ਸਿੱਖੀ ਜਾਂਦੀ ਤੂੰ ਵੀ। ਸੋ ਉਹ ਲੈ ਕੇ ਹਾਜ਼ਰ ਹਾਂ ਪਹਿਲਾ ਲੈਸਨ। ਸੋ ਦੋਸਤੋ ਮੈਂ ਜਿਸ ਤਰ੍ਹਾਂ ਪਹਿਲਾਂ ਵਜਾਈ ਆ ਚਾਹੇ ਆਹ ਲਾ, ਕੰਫਿਊਜ਼ ਆ ਕਿ ਨਾ ਇਹ ਪਹਿਲੇ ਲਲਕਾਰੇ ਨਾਲ ਨਾ ਇਹ ਹੋਰ ਗਾਣਾ, ਕਿਉਂਕਿ ਇਹੀ ਚੀਜ਼ਾਂ ਆ ਇਹ ਮਾਇੰਡ ਦੇ ਨਾਲ ਜਿੱਦਾਂ ਸਟਾਰਟਿੰਗ। ਹਾਂਜੀ ਦੋਸਤੋ, ਸੋ ਆਪਾਂ ਗੱਲ ਕਰ ਰਹੇ ਸੀਗੇ ਤੂੰਬੀ ਦੀ ਸਟਾਰਟਿੰਗ। ਸਭ ਤੋਂ ਪਹਿਲਾਂ ਬਹੁਤ ਲੋਕ ਇੱਦਾਂ ਫੜ ਲੈਂਦੇ ਤੂੰਬੀ, ਇੱਦਾਂ ਫੜ ਲੈਂਦੇ, ਨਹੀਂ ਸਭ ਤੋਂ ਪਹਿਲਾਂ ਸਟਾਰਟਿੰਗ ਆ ਇਹਦਾ ਰੀਜ਼ਨ ਕੀ ਆ ਕਿ ਐਸੇ ਉਂਗਲ ਨੂੰ ਪਹਿਲਾਂ ਆਪਾਂ ਕਲੀਅਰ ਕਰਨਾ। ਆਹ ਦੇਖੋ ਇਹਨੂੰ ਮਨਾ ਕਰੋ, ਬਹੁਤ ਲੋਕ ਇੱਦਾਂ ਪਹਿਲਾਂ ਪੁਰਾਣੇ ਬਜ਼ੁਰਗ ਜਿਸ ਤਰ੍ਹਾਂ ਤੁਸੀਂ ਸੁਣਦੇ ਨੇ ਤੂੰਬਾ ਜਾਂ ਤੂੰਬੀ ਵਜਾਉਂਦੇ ਸੀ ਉਹ ਇਸ ਤਰ੍ਹਾਂ ਨੇ ਆਪਣੇ ਪਿੰਡਾਂ 'ਚ ਦੇਖਦੇ ਹੋਣੇ ਆਮ, ਉਹ ਆਹ ਕਰਦੇ, ਉਹਨੂੰ ਦੋ ਤਾਰਾ ਤੂੰਬਾ ਕਹਿੰਦੇ ਹੁੰਦੇ, ਉਹਨਾਂ ਦੀ ਆਹ ਉਂਗਲ ਬੜੀ ਕਲੀਅਰ ਹੁੰਦੀ ਸੀ। ਇਹੀ ਕਲੀਅਰ ਕਰਨੀ ਆ ਦੇਖੋ ਪਹਿਲਾਂ ਇਸ ਤਰ੍ਹਾਂ। ਮੋਸਟਲੀ ਕੀ ਹੁੰਦਾ ਆਪਾਂ ਜਦੋਂ ਇਕੱਠੀ ਤੂੰਬੀ ਵਜਾਉਣ ਲੱਗ ਪੈਂਦੇ ਆਹ ਚੀਜ਼ ਹੁੰਦੀ, ਆਹ ਚੀਜ਼ ਹੁੰਦੀ ਫਸਦੀ ਉਂਗਲ। ਇਹਨੂੰ ਕਲੀਅਰ ਕਰਨਾ ਕਿਸ ਤਰ੍ਹਾਂ, ਦੋ ਫਿਰ ਉਸ ਤੋਂ ਬਾਅਦ ਆ, ਸੋ ਆਹ ਚੀਜ਼ ਇਸ ਤਰ੍ਹਾਂ, ਆਹ ਚੀਜ਼ ਨਹੀਂ ਹੋਣੀ ਚਾਹੀਦੀ, ਉਂਗਲ ਫਸਣੀ ਨਹੀਂ ਚਾਹੀਦੀ ਇਹਨੂੰ, ਜਿੰਨਾ ਵੀ ਕਲੀਅਰ ਆਪਣੇ ਆਪ ਇੱਦਾਂ ਜਿੰਨਾ ਵੀ ਇਹਨੂੰ, ਆਹ ਦੇਖੋ ਕੋਈ ਇੱਥੇ ਫੜ ਕੇ ਕੋਈ ਇੱਥੇ, ਜਿੱਥੋਂ ਵੀ ਤੁਹਾਡੇ ਤੁਸੀਂ ਸਹੀ ਆ ਇੱਥੇ ਜਾਂ ਇੱਥੇ, ਆਹ ਦੇਖੋ ਜਿੱਥੇ ਵੀ ਤੁਸੀਂ ਫੀਲ ਈਜ਼ੀ ਫੀਲ ਕਰਦੇ ਆ, ਸੋ ਆਪਣਾ ਸਟਾਈਲ ਬਣਾਓ। ਆਹ ਦੇਖੋ ਕਈਆਂ ਦੀ ਇੱਥੇ, ਕਈਆਂ ਦੀ ਜਿੱਥੇ ਵੀ ਤੁਹਾਨੂੰ ਈਜ਼ੀ ਆ, ਇਹ ਕਲੀਅਰ ਕਰਨਾ। ਉਸ ਤੋਂ ਬਾਅਦ ਆ ਕੀ ਸਟੈਪ ਆ, ਉਹ ਆਪਾਂ ਇੱਧਰ ਆਉਣੇ, ਆਹ ਹੱਥ ਨੂੰ ਕਲੀਅਰ ਇਸੇ ਤਰ੍ਹਾਂ ਕਰੀ ਜਾਣਾ ਆਪਾਂ, ਇਸੇ ਤਰ੍ਹਾਂ ਕਰੋ ਤੁਸੀਂ ਇੱਕ ਦਿਨ ਲਈ, ਕੋਈ ਟੈਨਸ਼ਨ ਨਹੀਂ, ਇੱਦਾਂ ਇੱਕ ਦਿਨ ਲਈ ਕਰਵਾ ਦੇਗਾ ਇੱਦਾਂ, ਆਹ ਚੀਜ਼ ਨਾ ਹੋਵੇ ਇਹਨੂੰ ਜਦੋਂ ਇੱਦਾਂ ਹੋਊਗਾ ਡੈਫੀਨੇਟਲੀ। ਸੋ ਇਹਨੂੰ ਕੀ ਕਰਨਾ, ਸਮੂਥ ਜਾਂ ਟੋਂਗੜੋਂਗ ਜਾਂ ਟੰਗੜੰਗੜੰਗੜੰਗ ਟੰਗੜੋਂਗੜੋਂਗ ਟੰਗੜੰਗੜੰਗ, ਆਹ ਉਂਗਲ ਕਲੀਅਰ ਹੋ ਗਈ ਦੇਖੋ, ਹੋ ਗਈ ਕਲੀਅਰ ਨਾ, ਫਿਰ ਇੱਧਰ ਆ ਜਾਣਾ, ਆਹ ਪਹਿਲੀ ਉਂਗਲ ਇੱਥੇ ਮਾਰੋ ਇੱਧਰਲੀ ਕਲੀਅਰ ਕਰਕੇ, ਦੂਜੀ ਪਹਿਲੀ ਦੂਜੀ ਪਹਿਲੀ ਦੂਜੀ ਪਹਿਲੀ ਦੂਜੀਆਂ ਮਾਰੀ ਜਾਣੇ ਜੀ, ਪਹਿਲੀ ਦੂਜੀ ਪਹਿਲੀ ਪਹਿਲੀ ਦੂਜੀ ਤੀਜੀ, ਫਿਰ ਤੀਜੀ ਟੱਚ ਕਰ ਲੈਣੀ, ਕਿੱਦਾਂ ਤੀਜੀ ਕਰਨੀ, ਪਹਿਲਾਂ ਦੋ ਤੀਜੀ ਕਿੱਦਾਂ ਕਰਨੀ, ਵਨ ਟੂ ਥ੍ਰੀ ਫੋਰ, ਤੀਜੀ ਨੂੰ ਹਮੇਸ਼ਾ ਪਹਿਲਾਂ ਟੱਚ ਮਾਰਨਾ ਦੇਖੋ, ਇਹ ਆਹੀ ਕੰਮ ਲਈ ਕਦੀ ਕਦੀ ਜਦੋਂ ਟਿਊਨ ਕੋਮਲ ਸੁਣ ਲਾਉਣਾ ਟੱਚ ਕਰਨਾ ਉਦੋਂ ਕਰਨਾ, ਆਹ ਦੇਖੋ ਤੀਜੀ ਦੂਜੀ ਪਹਿਲੀ ਇਸੇ ਤਰ੍ਹਾਂ, ਫਿਰ ਤਿੰਨਾਂ ਉਂਗਲਾਂ ਦੀ ਪ੍ਰੈਕਟਿਸ ਤੁਸੀਂ ਆਪ ਕਰ ਸਕਦੇ ਆ, ਇਹਦੇ ਵਿੱਚੋਂ ਟਿਊਨਾਂ ਨਿਕਲਣੀ, ਆਹ ਦੇਖੋ ਹੁਣ ਕਦੀ ਤੀਜੀ ਕਦੀ ਪਹਿਲੀ, ਟਿਊਨਾਂ ਆਪਣੇ ਆਪ ਵੱਜੀ ਜਾਣੀ। ਆਹ ਦੇਖੋ ਮੈਂ ਮਿਡਲ ਵਾਲੀ ਮਾਰਦਾ ਪਹਿਲਾਂ, ਹੁਣ ਪਹਿਲੀ ਤੋਂ ਹੁਣ ਤੀਜੀ ਤੋਂ, ਸੋ ਇਸੇ ਤਰ੍ਹਾਂ ਜਿੰਨਾ ਤੁਸੀਂ ਨਾਲ ਨਾਲ ਜੋ ਵੀ ਗੁਣਗੁਣਾਉਂਗੇ ਉਹ ਤੂੰਬੀ ਦਾ, ਓਨਾ ਹੀ ਤੁਹਾਡੇ ਮਾਇੰਡ ਦੇ ਨਾਲ ਕਨੈਕਸ਼ਨ ਹੋਊਗਾ, ਟੰਗ 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 ਡੰਗ ਡੰਗ ਟੰਗ ਡੰਗ ਟੰਗ ਟੰਗ ਟੰਗ, ਇਸ ਤਰ੍ਹਾਂ ਇਹ ਕੀ ਮੈਂ ਜਾਣ ਕੇ ਟੰਗ 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 ਟੰਗ, ਤੁਹਾਨੂੰ ਥੋੜ੍ਹਾ ਜਿਹਾ ਖਹਿ ਜਾਊਗੀ,
ऑटोमेटिकली थोड़ी उंगली च टंग 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 नहीं बसदी ना अरे टंग 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 बोलते ट्राई करो फिर ऑटोमैटिकली माइंड एंड उंगलियों का कनैक्शन हो जाता कि टंग डंग 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 जिन्ना तुसी गुनगुनाओगे सो माइंड दे नाल उंगलां चलणगियां। सो दोस्तों नैक्सट वीक तार टुटण तो बाद जिहड़े दोस्त तुंबी नूं ड्रो दे विच रख दिंदे आ जां अपने रूम च बंद करके रख दिंदे ने क्योंकि तार पौनी कहिंदे नहीं आउंदी, बहुत दोस्त ने जिन्हें दस्सिया, सो उन्हां नूं वी इत्थे बुलावांगे जिहड़े हैगे आ। सो उह किद्दां पौनी, उस तों बाद फास्ट ट्यून चाहे चमकीला साहब दियाँ चाहे माणक साहब दियाँ तरजा ते किदा तुंबी बजाउणी आ पहलो तां ट्राई करो। जिन्हों नहीं समझ आई जां आ गई जिन्नी आई कमेंट करके दसना प्लीज़। जिहड़ा भी ये चैनल वाले वीर आ उन्हां नूं पुश करो, इस चैनल ते जाओ, फॉलो करो, चैनल ते लाइक करो, जो जो डिमांड आ दसो मैनू, गलती जो भी गया थोड़ा अपना मन की। सो नैक्सट वीक मिलते हैं राइट की रैकॉर्ड आर के आर ते जाओ, दब के सपोर्ट करो तो उहदे उत्ते आओ। मेरे कोल जिन्ना हैगा टैलेंट मैं तुहानू दसदा, सो मेरे नाल जुड़ो। थैंक यू वेरी मच।